ਨੇ ਵੀ ਕਿਹਾ ਤੁਹਾਨੂੰ ਮੁਰਗੀਆਂ ਦੇਣੀਆਂ, ਅੰਡੇ ਕਢਾਓ, ਬੱਚੇ ਕਢਾਓ। ਵਾਹ ਬਈ, ਤੁਹਾਨੂੰ ਮੁਬਾਰਕ ਹੋਵੇ, ਤੁਹਾਨੂੰ ਮੁਰਗੀਆਂ ਲੱਭਣੀਆਂ, ਤੁਹਾਡੀ ਕਾਤ ਹੀ ਮੁਰਗੀਆਂ ਜੀ। ਨਾ ਤੁਹਾਨੂੰ ਲੈਪਟਾਪ ਚਾਹੀਦੇ, ਨਾ ਮੋਟਰਸਾਈਕਲਾਂ ਚਾਹੀਦੀਆਂ, ਨਾ ਕੈਰੀ ਡੱਬੇ, ਤੁਹਾਨੂੰ ਕੁੱਕੜੀਆਂ ਹੀ ਚਾਹੀਦੀਆਂ। ਕੁੜੀਆਂ ਦੇ ਕੋਲ ਫੋਨ ਨਹੀਂ ਸੀ, ਬੋਲੋ ਮੁੰਡਿਓ, ਕੁੜੀਆਂ ਦੇ ਕੋਲ ਤੂੰ ਇੱਥੇ ਬਹਿ ਕੇ ਲੱਗਾ ਟਿਚ ਟਿਚ, ਤੂੰ ਠਾਓ ਕਹਿਣਾ ਇੱਥੇ ਬਹਿ ਕੇ ਲੱਗਾ ਮੋਬਾਈਲ ਤੇ, ਮੈਂ ਵੇਖਣ ਦੇ ਆਉਂਦਾ ਤਾਂ ਅਰੇ ਕਿਹੜੀ ਬਾਂਦਰੀ ਨਾਲ ਲੱਗਾ ਆ। ਤੁਸੀਂ ਉੱਤੇ ਚੜ ਗਏ ਜੇ, ਇਹਨਾਂ ਨੂੰ ਇੱਕ ਲਾ ਕੇ ਲਿਆ ਥੱਲੇ, ਖੁੱਤੀ ਚ ਰੱਖੀ, ਜਰਾ ਮੈਨੂੰ ਆਵਾਜ਼ ਆਵੇ ਥੱਲੇ। ਚੱਲ ਬੇਦਹਿਤਿਆ ਥੱਲੇ ਆ ਜਾ, ਤੂੰ ਅਦੇ ਨੂੰ ਗੁੜਤੀ ਕਿਹਨੇ ਦਿੱਤੀ ਸੀ, ਪੁੱਛੇ ਨੂੰ ਜਰਾ। ਅੱਲਾਹ ਹਦਾਇਤ ਨਸੀਬ ਫਰਮਾਇਆ, ਪਤਾ ਨਹੀਂ ਸਾਰੇ ਜਿੰਨਾ ਕਦੀ ਮੌਲਵੀ ਨਹੀਂ ਸੁਣੇ ਟਿਕ ਟੋਕ ਤੇ, ਉਹ ਵੀ ਸੁਣਦੀਆਂ। ਹਾਂ ਸੱਚੀ ਗੱਲ, ਕਿਉਂ ਜੀ ਉਮਰ ਸਾਹਿਬ, ਤੇ ਅੱਲਾ ਜਾਣਦਾ ਸਾਡਾ ਤੇ ਪੈਗਾਮ ਇੰਜ ਹੀ ਪਹੁੰਚਦਾ ਰਹਿਣਾ, ਕਿਉਂ ਵੀ ਪੈਂਟ ਸ਼ਰਟ। ਹਾਂ ਅੱਲਾ ਜਾਣਦਾ ਹੈਵੀ ਬੈਗ ਜਿਹੜੀ ਹੈ ਨਾ, ਉਹ 600 cc ਹੁੰਦੀ ਹੈ, ਜਿਹਦਾ ਬੰਦੇ ਦੇ ਲਾਗੋ ਲੰਘਦੀ ਹੈ ਨਾ, ਤੇ ਪ੍ਰਵੇਸ਼ ਖਟ ਕਰਕੇ ਬੰਦਾ ਤੇ ਉਂਝ ਹੀ ਡਿੱਗ ਪੈਂਦਾ ਤੀਲੀ। ਸਹੀ ਗੱਲ, ਉਹ ਦੇਰ ਕਾ ਬੰਦਾ ਤੇ ਅੱਲਾ ਨਾ ਲਾ ਦੇਣਾ, ਮੁੰਡਿਆਂ ਦੇ ਵੱਸ ਨਹੀਂ ਚੱਲਦੇ, ਕਸਮੇ ਸ਼ਰਟਾਂ ਲਾ ਕੇ ਨਮਾਜ਼ ਪੜ੍ਹਨ ਆਉਣ। ਅਗਲੇ ਦਿਨ ਮੈਨੂੰ ਸਵਾਲ ਆਇਆ, ਮੌਲੀ ਜੀ ਟਰੋਜ਼ਰ 'ਚ ਨਮਾਜ਼ ਹੁੰਦੀ ਹੈ? ਮੈਂ ਕਿਹਾ ਅਗਲੇ ਦੀ ਤਾਂ ਹੁੰਦੀ, ਪਿਛਲੇ ਦੀ ਕੋਈ ਨਹੀਂ ਹੁੰਦੀ। ਤੁਸੀਂ ਵੇਖ ਲਓ ਇਹਨਾਂ ਦੀ ਸ਼ਰਟ ਕਿੱਥੇ ਹੁੰਦੀ ਤੇ ਮੇਰੇ ਹੱਥ ਹੁੰਦਾ ਨਾ ਕਿਤੇ ਧਰਨਾ, ਤੇ ਮੈਂ ਸਭ ਤੋਂ ਪਹਿਲਾਂ ਛੀਦੇ ਟੱਲੀ ਨੂੰ ਫੈਂਟੀ ਲਾਉਣੀ ਸੀ, ਜਿਹਦੀ ਊਂਠ ਦੇ ਗਲ 'ਚ ਟੱਲੀ ਹੈ ਨਾ, ਔਰ ਉਹ ਰੰਡਾ ਨਾ ਬੁੱਢੀ ਨਾ ਨਾਰਾਨ ਨਾ ਕੰਨ, ਉਹ ਛੀਦਾ ਟੱਲੀ ਆਉਂਦਾ। ਮੈਂ ਖਤਮੇ ਨਬੂਆ ਤੇ ਮੈਂ ਬੋਲਿਆ, ਮੈਂ ਲਾ ਦਿਹਾੜੀ ਤਕਰੀਬ ਪਿਆ ਕਰਾਂ, ਮੈਂ ਕਿਹਾ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨੀ। ਇੱਕ ਬਾਬਾ ਮੇਰੀ ਗੱਡੀ 'ਚ ਬਹਿ ਗਿਆ, ਮੈਂ ਬਾਬਾ ਖੈਰ ਆਉਂਦਾ ਮੈਂ ਜਾਮਾ ਵਾਂ, ਕਹਿੰਦਾ ਮੈਂ ਲਾਹੌਰ ਵੇਖ ਆਵਾਂ। ਮੈਂ ਬੜੀ ਗੱਲ ਹੈ ਬਾਬਾ, ਹੈਂ ਨਾਲ ਜਿਹੜਾ ਬੋਲੇ ਉਹ ਕੁੰਡਾ। ਇੱਕ ਬੰਦਾ ਕਹਿੰਦਾ ਮੌਲਵੀ ਜੀ ਪਾਕਿਸਤਾਨ 'ਚ ਕੋਈ ਇਮਾਨਦਾਰ ਪਾਰਟੀ ਹੈਗੀ? ਮੈਂ ਕਿਹਾ ਹੈਗੀ ਹੈ। ਕਹਿੰਦੇ ਕਿਹੜੀ? ਮੈਂ ਹੁੱਕਾ ਪਾਰਟੀ। ਮੈਂ ਕਿਹਾ ਮਜਾਲ ਹੈ ਡੇਰੇ 'ਚ ਬਹਿ ਕੇ ਹੁੱਕਾ ਵਾਰੀ ਲਾ ਕੇ ਪਿਛਾ ਨੂੰ ਆਵੇ, ਗਾਂਹ ਨੂੰ ਜਾਂਦਾ ਹੈ, ਵਾਰੋ ਵਾਰੀ ਘੁੰਮਦਾ ਜਾਂਦਾ ਹੈ, ਮਜਾਲ ਹੈ ਉੱਥੇ ਬੇਈਮਾਨੀ ਹੋ ਜਾ। ਆਪਕੀ ਖਾਤਰ ਕੁਛ ਵੀ ਕਰ ਸਕਤਾ ਹੂੰ, ਚੂਹੇ ਮਰ ਗੋਲੀ ਖਾ ਸਕਤਾ ਹੂੰ, ਛਿੱਛਰ ਵਾਲੀ ਨਹਿਰ ਮੇਂ ਡੂਬ ਸਕਤਾ ਹੂੰ, ਗੋਲੀ ਖਾ ਸਕਤਾ ਹੂੰ। ਉਹ ਕਹਿੰਦੀ ਮਰ ਜਾ, ਮੈਨੂੰ ਹੋਰ ਬਥੇਰੇ, ਇਹ ਲੌਂਗ ਲਾਚੀ ਬਣੇ ਫਿਰਦੇ। ਆ ਤੁਸੀਂ ਵੇਖ ਲਓ ਕਈ ਬਾਬੇ ਐਡੇ ਅੰਤਰੇ ਨੇ, ਇਹਨਾਂ ਇਜ਼ਰਾਈਲ ਨੂੰ ਵੀ ਕਹਿਣਾ ਖਲੋਈ ਜ਼ਰਾ ਮੈਨੂੰ ਹੁੱਕੇ ਦੀ ਵਾਰੀ ਲਾ ਲੈਂਦੇ, ਮੈਨੂੰ ਅੱਗ ਧਾਰ ਲੈਂਦੇ ਆ, ਆਹ ਹੁੱਕੇ ਦੀ ਜਾਨ ਨਹੀਂ ਛੱਡਦੇ, ਐਡੇ ਅੰਤਰੇ ਇਹਨਾਂ ਦਾ ਵੱਸ ਨਹੀਂ ਚੱਲਦਾ, ਮਸੀਤੇ ਵੀ ਨਾਲ ਹੀ ਲੈ ਕੇ ਆਉਣ। ਆ ਕਈ ਅੱਗੇ ਬਾਪ ਘਰ ਆਉਣਾ, ਧੀਆਂ ਸਿਰ ਕੱਜਣੇ, ਦੁਪੱਟੇ ਲੈਣੇ, ਹੁਣ ਬਾਪ ਨਾਲ ਬਹਿ ਕੇ ਨਾਲੇ ਟੀਵੀ ਵੇਖਦਾ ਨਾਲੇ ਸਿਗਰਟ ਪੀਂਦਾ। ਐਦਰਾ ਚੈਨਲ ਬਦਲੀ, ਐਦਰਾ ਚੈਨਲ ਬਦਲੀ। ਇਹ ਜਦੋਂ ਦੀ ਸੋਸ਼ਲ ਮੀਡੀਆ ਸ਼ੈਤਾਨੀ ਚਰਖਾ ਚੱਲਿਆ ਨਾ, ਬੰਦਾ ਖਲੋ ਕੇ ਕਿਤੇ ਪਾਣੀ ਵੀ ਨਹੀਂ ਪੀ ਸਕਦਾ, ਬੋਤਲ ਨਹੀਂ ਬਹਿ ਕੇ ਪੀ ਸਕਦਾ। ਦੇਖੋ ਜੀ ਇਹ ਮੌਲਵੀ ਸਾਹਿਬ ਪੈਪਸੀ ਪੀ ਰਹੇ, ਇਹ ਕਿਸ ਤਰ੍ਹਾਂ ਦਾ ਡਰਾਮਾ ਚੱਲ ਪਿਆ? ਅੱਲਾ ਜਾਣਦਾ ਕੋਈ ਮਹਿਫੂਜ਼ ਹੀ ਨਹੀਂ ਰਿਹਾ ਜਿੱਥੇ ਬੈਠੇ ਹੁੰਦੇ ਨੇ। ਇਹ ਚਾਦਰ ਲਾ ਦੇ, ਕੋਈ ਨੀ ਠੰਡ ਏਡੀ, ਤੈਨੂੰ ਬੜੀ ਠੰਡ ਲੱਗ ਰਹੀ, ਜਰਸੀ ਪਾਈ, ਤੋਬਾ, ਥੱਲੇ ਸ਼ਰਟ, ਜਰਸੀ, ਚਾਦਰ, ਮੇਰਾ ਮੱਖਣ, ਅੱਲਾ ਤੈਨੂੰ ਸੱਟ ਲੱਗੀ ਸਹੀ ਕਰ ਦੇਵੇ, ਮਿਲ ਕੇ ਬਣਨਾ ਪਿਆਰ ਨਾ ਸਰੂਰ ਆਵੇ, ਕਟਿੰਗ ਤੇਰੀ ਵੀ ਬੜੀ ਸੋਹਣੀ ਹੈ, ਅੱਲਾ ਜਾਣਦਾ ਮੈਂ ਮਾਰੀ। ਹੁਣ ਤੇ ਜਨਾਬ ਕੁੜੀਆਂ ਮੁੰਡੇ ਨਕਲਾਂ ਕਰਦੇ ਨੇ ਨਾ, ਮੈਂ ਜੋ ਕਹਿਣਾ ਨਕਲਾਂ ਕਰਦੇ ਨੇ, ਪਰ ਮੇਰੀਆਂ ਗੱਲਾਂ ਦਾ ਪਤਾ ਕਬਰ 'ਚ ਲੱਗੇਗਾ ਕਿ ਸਾਨੂੰ ਕੋਈ ਡੱਕਦਾ ਹੁੰਦਾ ਸੀ। ਫੇਸਬੁੱਕ ਮਾਡਲ ਬੈਠ ਜਾਓ, ਖੋਤਾ ਕਟਿੰਗ, ਤੇਰੀ ਕਟਿੰਗ ਬੜੀ ਸੋਹਣੀ ਹੈ, ਤੇਰੇ ਅੱਬੇ ਨੂੰ ਸਵਾਬ ਮਿਲੇਗਾ, ਤੇਰੀ ਅੰਮਾ ਨੂੰ ਵੀ ਮਿਲੇਗਾ ਕਿ ਸੋਹਣੇ ਪੁੱਤਰ ਦੀ ਕਟਿੰਗ ਕਰਾਈ ਸੀ। ਪਹਿਲੇ ਵਕਤ ਘੁਮਿਆਰ ਖੋਤੇ ਮੁੰਦੇ ਸੀ ਹੰਝਣ,